ਛੱਡੋ ਕੋਈ ਗੱਲ ਨਹੀਂ ਆ ਚਾਰ ਪੰਜ ਜਣਿਆਂ ਪਿੱਛੇ ਆਪਾਂ ਯਾਰ ਉਦਾਸ ਹੋ ਗਏ ਸਾਢੇ 3 ਕਰੋੜ ਬੰਦਾ 3-4 ਜਣਿਆਂ ਨੇ ਉਦਾਸ ਕਰਤਾ ਕੋਈ ਗੱਲ ਸ਼੍ਰੀ ਅਕਾਲ ਜੀ ਪੀਤੇ ਦਿਨ ਸਿਰਤਕੌਰ ਵੱਲੋਂ ਆਪਣੇ ਪਿਤਾ ਭਗਵੰਤ ਮਾਨ ਤੇ ਲਾਈ ਵਾ ਕੇ ਕਈ ਗੰਭੀਰ ਇਲਜ਼ਾਮ ਲਾਏ ਗਏ ਸਨ ਉਸ ਦੇ ਵੱਲੋਂ ਕਿਹਾ ਗਿਆ ਸੀ ਜਿਹੜਾ ਪਿਓ ਆਪਣੇ ਬੱਚਿਆਂ ਨੂੰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਤਾਂ ਕੀ ਸੰਭਾਲੇਗਾ ਇੰਨਾ ਹੀ ਨਹੀਂ ਤੀਸਿਰਤ ਵੱਲੋਂ ਕਿਹਾ ਗਿਆ ਉਸ ਦਾ ਪਿਤਾ ਇੱਕ ਨੰਬਰ ਦਾ ਸ਼ਰਾਬੀ ਹੈ ਅਤੇ ਦੂਸਰਾ ਡਰਾਮੇਬਾਜ਼ ਜੋ ਸਟੇਜ ਉੱਪਰ ਚੜ੍ਹ ਕੇ ਹਮੇਸ਼ਾ ਡਰਾਮੇ ਕਰਦਾ ਰਹਿੰਦਾ ਹੈ ਅਤੇ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ ਇੱਥੇ ਇਸ ਵੀਡੀਓ ਤੋਂ ਬਾਅਦ ਵਿਕਰਮਜੀਤ ਮਜੀਠੀਆ ਨੂੰ ਵੀ ਬੋਲਣ ਦਾ ਮੌਕਾ ਮਿਲ ਗਿਆ ਉਸ ਨੇ ਵੀ ਭਗਵੰਤ ਮਾਨ ਖਿਲਾਫ ਕਾਫੀ ਕੁਝ ਬੋਲਿਆ ਇੱਥੋਂ ਤੱਕ ਇਹ ਵੀ ਕਹਿ ਦਿੱਤਾ ਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਹੁਣ ਮੈਂ ਚੱਕਾਂਗਾ ਇੰਨਾ ਹੀ ਨਹੀਂ ਮਜੀਠੀਆ ਵੱਲੋਂ ਭਗਵੰਤ ਮਾਨ ਦੀ ਵਾਈਫ ਦੁਆਰਾ ਸਾਂਝੀ ਕੀਤੀ ਗਈ ਪੋਸਟ ਦਾ ਵੀ ਜ਼ਿਕਰ ਕੀਤਾ ਗਿਆ ਉੱਥੇ ਹੀ ਇਹ ਸਭ ਹੋਣ ਦੇ ਬਾਵਜੂਦ ਭਗਵੰਤ ਮਾਨ ਹਜੇ ਤੱਕ ਬਿਲਕੁਲ ਚੁੱਪ ਬੈਠੇ ਸਨ ਪਰ ਤੁਹਾਨੂੰ ਦੱਸ ਦਈਏ ਹਾਲ ਹੀ ਵਿੱਚ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਨੂੰ ਕਰੜਾ ਜਵਾਬ ਦਿੱਤਾ ਹੈ ਉਸ ਨੇ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਕਰਵਾ ਦਿੱਤੀ ਹੈ ਕੀ ਕਹਿਣਾ ਹੈ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਲੈ ਕੇ ਆਓ ਤੁਹਾਡੇ ਨਾਲ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਛੱਡੋ ਕੋਈ ਗੱਲ ਨਹੀਂ ਆ ਚਾਰ ਪੰਜਾਂ ਪਿੱਛੇ ਆਪਾਂ ਜਰ ਉਦਾਸ ਹੋਗੇ ਸਾਡੇ 3 ਕਰੋੜ ਬੰਦਾ 3-4 ਜਣਿਆਂ ਨੇ ਉਦਾਸ ਕਰਤਾ ਕੋਈ ਗੱਲ ਨਹੀਂ ਭੁੱਲ ਜਾਓ ਉਹ ਘਰੇ ਬਿਠਾ ਦੇ ਤੁਸੀਂ ਹੁਣ ਵਧੀਆ ਕੀਤਾ ਉਹ ਆਪਦੇ ਘਰੇ ਬੈਠੇ ਨੇ ਮੈਂ ਨਹੀਂ ਕਹਿੰਦਾ ਮੇਰੇ ਮੰਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਲਾ ਕੇ ਆਓ ਆਪਾਂ ਧਾਰੀਏ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਆ ਜਿਹੜੀਆਂ 4-5 ਲਾਮਤਾ ਨੇ ਆ ਭ੍ਰਿਸ਼ਟਾਚਾਰ ਹੈ ਆ ਡਰੱਗ ਹੈ ਆ ਜਿਹੜਾ ਹੋਰ